ਨਮਸਕਾਰ ਖਬਰਾਂ ਦੇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਰਜਨੀ ਪਹਿਲਾਪੇਸ਼ ਨੇ ਚੋਣਵੀਆਂ ਖਬਰਾਂ ਕੇਂਦਰਨੀ ਆਕਸੀਜਨ ਦੀ ਕਾਰਨ ਨੂੰ ਖਤਮ ਕਰਨ ਦੇ ਲਈ ਵੱਖ-ਵੱਖ ਸੂਬਿਆਂ ਵਿੱਚ ਪ੍ਰੈਸ਼ਰ ਸਵਿੰਗ ਅਬਜ਼ਰਪਸ਼ਨ ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਲਈ 581 ਥਾਵਾਂ ਦੀ ਪਛਾਣ ਕੀਤੀ 182000 ਤੋਂ ਬਾਅਦ ਮਾਮਲੇ ਸਾਹਮਣੇ ਆਉਣ ਦੇ ਨਾਲ ਦੇਸ਼ ਦੇ ਵਿੱਚ ਕਰੋਨਾ ਦੇ ਕੁੱਲ ਮਾਮਲਿਆਂ ਦਾ ਅੰਕੜਾ 2 ਕਰੋੜ 6 ਲੱਖ ਤੋਂ ਪਾਰ 1.69 ਲੱਖ ਤੋਂ ਵੱਧ ਸਿਹਤਯਾਬ ਹੋਏ 16 ਕਰੋੜ 4 ਲੱਖ ਤੋਂ ਵੱਧ ਲੋਕਾਂ ਨੂੰ ਹੁਣ ਤੱਕ ਲਗਾਇਆ ਜਾ ਚੁੱਕਿਆ ਹੈ ਕੋਵਿਡ ਦਾ ਟੀਕਾ ਰਾਸ਼ਪਾਲ ਤਨਖੜ ਨੇ ਸਾਦੇ ਸਮਾਰੋਹ ਦੌਰਾਨ ਮਮਤਾ ਬੇਨਰਜੀ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸੌਂਚੁਕਾਈ ਮਮਤਾ ਬੇਨਰਜੀ ਨੇ ਲਗਾਤਾਰ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਨੇੜੀ ਪੰਜਾਬੀ ਤੇ ਵਿਦਿਆਰਥੀਆਂ ਲਈ ਕਲਾਸਾਂ ਦਾ ਪ੍ਰਸਾਰਨ ਅੱਜ ਤੋਂ ਸ਼ੁਰੂ ਪਹਿਲੀ ਤੋਂ ਪੰਜਵੀਂ ਜਮਾਤਾਂ ਕਲਾਸਾਂ ਦਾ ਸਮਾਂ ਸਵੇਰੇ 9 ਵਜੇ ਤੋਂ 10:40 ਤੱਕ ਅਤੇ 6 ਤੋਂ 12ਵੀਂ ਦੇ ਲਈ 10:40 ਤੋਂ ਦੁਪਹਿਰ 4 ਵਜੇ ਤੱਕ ਹੋਵੇਗਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ 222 ਕਰੋੜ ਰੁਪਏ ਦੀ ਲਾਗਤ ਦੇ ਨਾਲ 692 ਹੈਕਟੇਅਰ ਰਕਬੇ ਦੇ ਵਿੱਚ 55 ਲੱਖ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਉਨ ਕਬਰਾਮ ਵਿਸਥਾਰ ਨਾਲ ਕੇਂਦਰ ਨੇ ਦੇਸ਼ ਦੀ ਵਾਕ-ਵਾਕ ਸੁਭਿਆਦੇ ਵਿੱਚ ਪ੍ਰੈਸ਼ਰ ਸਵਿੰਗ ਅਬਸਰਪਸ਼ਨ ਪੀਐਸਏ ਮੈਡੀਕਲ ਆਕਸੀਜਨ પ્લાન્ટ ਸਥਾਪਤ ਕਰਨ ਦੀ 581 ਥਾਮਾ ਦੀ ਪਛਾਣ ਕੀਤੀ ਹੈ ਟਵੀਟਾਂ ਦੀ ਕਲੜੀ ਦੇ ਵਿੱਚ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਬਾਰੇ ਕੇਂਦਰੀ ਮੰਤਰੀ ਨਿਤਿੰਗਾਟ ਕਰੀ ਨੇ ਕਿਹਾ ਕਿ ਨਾ ਪਲਾਂਟਾਂ ਦੇ ਸਿਵਲ ਅਤੇ ਇਲੈਕਟ੍ਰੀਕਲ ਕੰਮਾਂ ਨੂੰ ਅੰਜਾਮ ਦੇਣ ਦੇ ਲਈ ਭਾਰਤੀ ਕੌਮੀ ਰਾਜਮਾਰਗ ਥਾਟੀ ਨੋਡਲ ਏਜੰਸੀ ਹੋਵੇਗੀ ਅਤੇ ਜੰਗੀ ਪદ્ધਤੀ ਇਹ ਕੰਮ ਪੂਰਾ ਕਰੇਗੀ ਉਨ੍ਹਾਂ ਕਿਹਾ ਕਿ ਸਾਡੇ ਇੰਜੀਨੀਅਰ ਡਾਕਟਰਾਂ ਦੇ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਇਹ ਕਹੀ ਨਹੀਂ ਬਣਾਈ ਜਾ ਸਕੀ ਗਟਕੁਰੀ ਨੇ ਕਿਹਾ ਕਿ ਜਿਸ ਤਰ੍ਹਾਂ ਸੜਕਾਂ ਦੇ ਨਿਰਮਾਣ ਦਾ ਕੰਮ ਤੇਜ਼ੀ ਦੇ ਨਾਲ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਅਥਾਰਟੀ ਇੱਕ ਰਿਕਾਰਡ ਸਮੇਂ ਦੇ ਵਿੱਚ ਹਰੇਕ ਭਾਰਤੀ ਦੀ ਜ਼ਿੰਦਗੀ ਦੀ ਸੁਰੱਖਿਆ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਕਰੇਗੀ ਦੇਸ਼ ਦੇ ਵਿੱਚ ਕੋਵਿਡ ਦੀ ਮਹਾਮਾਰੀ ਦੇ ਪ੍ਰਕੋਪ ਦੇ ਵਿੱਚ ਕੋਈ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ ਹੈ ਪਿਛਲੇ ਕੁਝ ਦਿਨਾਂ ਦੌਰਾਨ ਕਰੋਨੇ ਦੇ ਮਾਮਲਿਆਂ ਵਿੱਚ 40 ਤੋਂ 50 ਹਜ਼ਾਰ ਤੱਕ ਦੀ ਗਿਰਾਵਟ ਦੇਖਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਇਹ ਮਾਮਲੇ ਮੁਰਤੋਵਦ ਨੇ ਸ਼ੁਰੂ ਹੋ ਗਏ ਨੇ ਪਿਛਲੇ 24 ਘੰਟਿਆਂ ਦੌਰਾਨ 382691 ਨਵੇਂ ਮਾਮਲੇ ਦਰਜ ਹੋਏ ਨੇ ਚੌਥਕੇ ਤੋਂ ਪਹਿਲਾਂ ਇਹ ਗਿਣਤੀ 357000 ਤੱਕ ਆ ਗਈ ਸੀ ਨਵੀਂ ਆਏ ਮਾਮਲਿਆਂ ਕਾਰਨ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਗਿਣਤੀ 2 ਕਰੋੜ 6 ਲੱਖ 58234 ਹੋ ਗਈ ਹੈ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਵੀ ਵਾਦਾ ਹੋਇਆ ਹੈ ਜੋ ਸੋਮਵਾਰ ਨੂੰ ਰਿਪੋਰਟ ਹੋਈਆਂ 3449 ਦੇ ਮੁਕਾਬਲੇ ਬੀਤੇ 24 ਘੰਟਿਆਂ ਦੇ ਵਿੱਚ 3786 ਦਰਜ ਕੀਤੀਆਂ ਗਈਆਂ ਨੇ ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 226188 ਤੱਕ ਪਹੁੰਚ ਗਈ ਹੈ ਦੇਸ਼ ਦੇ ਵਿੱਚ ਹੁਣ ਤੱਕ 1 ਕਰੋੜ 69 ਲੱਖ 52 ਹਜ਼ਾਰ 731 ਮਰੀਜ਼ ਸਹਿਤਿਆਬ ਵੀ ਹੋਏ ਨੇ ਦੇਸ਼ ਦੇ ਵਿੱਚ ਇਸ ਵੇਲੇ ਐਕਟਿਵ ਮਾਮਲਿਆਂ ਦੀ ਗਿਣਤੀ 34 ਲੱਖ 87 ਹਜ਼ਾਰ 239 ਹੈ ਜੋ ਗੁੱਲ ਮਾਮਲਿਆਂ ਦਾ 16.87 ਫੀਸਦੀ ਵਨਧਾਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਦੇਸ਼ ਦੇ ਵਿੱਚ ਹੁਣ ਤੱਕ 16 ਕਰੋੜ 4 ਲੱਖ 94 ਹਜ਼ਾਰ 188 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਵਿੱਚ 14 ਲੱਖ 84 ਹਜ਼ਾਰ 999 ਉਹ ਲਾਪਾਤਰੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਬੀਤੇ ਦਿਨ ਕੋਵਿਡ ਟੀਕਾ ਲਗਾਇਆ ਗਿਆ ਸੀ ਕੇਂਦਰ ਨੇ 18 ਸਾਲ ਜਾਂ ਇਸ ਤੋਂ ਉੱਪਰ ਦੇ ਸਾਰੇ ਹੀ ਯੋਗ ਕਰਮਚਾਰੀਆਂ ਨੂੰ ਕੋਵਿਡ ਮਹਾਮਾਰੀ ਤੋਂ ਬਚਾਅ ਦੇ ਲਈ ਜਲਦੀ ਤੋਂ ਜਲਦੀ ਟੀਕਾ ਲਗਾਉਣ ਦੀ ਅਪੀਲ ਕੀਤੀ ਹੈ। ਉੱਤਰਪੂਰਵੀ ਰਾਜਾਂ ਦੇ ਵਿਕਾਸ ਬਾਰੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਟੀਕਾ ਲਗਵਾਉਣ ਨਾਲ ਨਾ ਸਿਰਫ ਕਰਮਚਾਰੀ ਹੀ ਸੁਰੱਖਿਅਤ ਹੋਣਗੇ ਬਲਕਿ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਵੀ ਸੁਰੱਖਿਅਤ ਰਹਿਣਗੇ ਇਸ ਸੰਬੰਧ ਦੇ ਵਿੱਚ ਇੱਕ ਸਰਕੂਲਰ ਪਹਿਲਾ 22 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ ਡਾਕਟਰ ਜਤਿੰਦਰ ਸਿੰਘ ਨੇ 45 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਕਰਮਚਾਰੀਆਂ ਨੂੰ ਇਸ ਤੋਂ ਪਹਿਲਾਂ ਵੀ ਕਰੋਨਾ ਟੀਕਾ ਲਗਾਉਣ ਦੀ ਅਪੀਲ ਕੀਤੀ ਸੀ ਉਹਨਾਂ ਇਸ ਗੱਲ ਦੀ ਤਸੱਲੀ ਜ਼ਾਹਰ ਕੀਤੀ ਕਿ ਡਾਕਟ ਤੇ ਤਾਰ ਵਿਭਾਗ ਨੇ ਉਤਰੀ ਬਲਾਕ ਦੇ ਵਿੱਚ ਟੀਕਾਕਰਨ ਦੇ ਲਈ ਨਿਮਿਤ ਕੈਂਪ आयोजित ਕੀਤੀ ਹੈ ਤੇ 18 ਸਾਲ ਤੋਂ ਉੱਪਰ ਦੀ ਉਮਰ ਦੇ ਸਾਰੇ ਹੀ ਅਧਿਕਾਰੀ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਇਸ ਦਾ ਲਾਭ ਉਠਾ ਰਹੇ ਨੇ ਅਜਿਹੇ ਸਾਰੇ ਹੀ ਸਰਕਾਰੀ ਕਰਮਚਾਰੀਆਂ ਨੂੰ ਟੀਕਾ ਕਰਨ ਤੋਂ ਬਾਅਦ ਵੀ ਕੋਵਿਡ ਅਨੁਕੂਲ ਵਿਵਹਾਰ ਤੇ ਅਮਲ ਜਾਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ ਜਿਸ ਵਿੱਚ ਵਾਰ-ਵਾਰ ਹੱਥਾਂ ਨੂੰ ਧੋਣਾ ਮਾਸਕ ਪਾਉਣਾ ਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਉਪਰਾਲੇ ਸ਼ਾਮਲ ਨੇ ਤ੍ਰਿਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ ਸੂਬੇ ਦੇ ਰਾਜਪਾਲ ਜਗਦੀਪ ਤਨਖੜ ਨੇ ਕੋਵਿਡ-19 ਮਹਾਮਾਰੀ ਦੇ ਚਲਦਿਆਂ ਰਾਜਪਾਲ ਭਵਨ ਦੇ ਵਿੱਚ ਕਰਵਾਏ ਗਏ ਇੱਕ ਸਾਦੇ ਸਮਾਗਮ ਦੌਰਾਨ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਅਤੇ ਸਰਕਾਰੀ ਪੇਤ ਗੁਪਤ ਰੱਖਣ ਦੀ ਸੌਂਚ ਚੁਕਾਈ 86 ਵਰਿਆਂ ਦੀ ਮੰਮਤਾ ਬੇਨਰਜੀ ਨੇ ਬੰਗਾਲੀ ਪਾਸ਼ਾ ਦੇ ਵਿੱਚ ਸੋਹ ਚੁੱਕੀ ਅਤੇ ਸੋਹ ਚੁੱਕ ਸਮਾਗਮ ਖਤਮ ਹੋਣ ਮਗਰੋਂ ਨਾ ਕਿਹਾ ਕਿ ਉਹਨਾਂ ਦੀ ਪਹਿਲੀ ਤਰਜੀਹ ਸੂਬੇ ਨੂੰ ਕਰੋਨਾ ਮੁਕਤ ਕਰਨਾ ਹੈ ਉਹਨਾਂ ਕਿਹਾ ਹੈ ਕਿ ਸੂਬੇ ਦੀ ਕਾਨੂੰਨ ਤੇ ਪ੍ਰਬੰਧਕੀ ਸਥਿਤੀ ਨੂੰ ਠੀਕ ਕਰਨ ਦੇ ਨਾਲ-ਨਾਲ ਸੂਬੇ ਦੇ ਵਿਕਾਸ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਮੰਮਤਾ ਬੇਨਰਜੀ ਸਾਲ 2011 ਤੋਂ ਸੂਬੇ ਦੇ ਮੁੱਖ ਮੰਤਰੀ ਬਣਦੇ ਆ ਰਹੇ ਨੇ ਅਤੇ ਲਗਾਤਾਰ ਤੀਜੀ ਵਾਰ ਹੈ ਜਦੋਂ ਉਹਨਾਂ ਨੇ ਸੂਬੇ ਦੀ ਸਤਾ ਸੰਭਾਲੀ ਹੈ ਕੋਵਿਡ-19 ਮਹਾਮਾਰੀ ਦੌਰਾਨ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਪੰਜਾਬ ਦੇ ਸਿੱਖਿਆ ਮੰਤਰਾਲੇ ਨੇ ਡੀਡੀ ਪੰਜਾਬੀ ਤੋਂ ਵਕ-ਵਕ ਜਮਾਤਾਂ ਦੀ ਪੜ੍ਹਾਈ ਦੇ ਪ੍ਰਸਾਰਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖਰੇਖ ਵਿੱਚ ਡੀਡੀ ਪੰਜਾਬੀ ਵੱਲੋਂ ਅੱਜ ਤੋਂ ਵਕ-ਵਕ ਜਮਾਤਾਂ ਦੀ ਪੜ੍ਹਾਈ ਦਾ ਪ੍ਰਸਾਰਣ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੀ ਰੋਕਥਾਮ ਦੇ ਲਈ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਜਿਹੜੇ ਵਿਦਿਆਰਥੀ ਸਕੂਲਾਂ ਵਿੱਚ ਨਹੀਂ ਜਾ ਸਕਕੇ ਸਨ, ਉਨ੍ਹਾਂ ਵਿਦਿਆਰਥੀਆਂ ਨੂੰ ਆਨਲ ਬੰਦ ਕੀ ਥੇ ਗਏ ਨੇ ਉਹਨਾਂ ਦੱਸਿਆ ਹੈ ਕਿ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਟੈਲੀਵਿਜ਼ਨ ਕਲਾਸਾਂ ਦਾ ਸਮਾਂ ਸਵੇਰੇ 9:00 ਵਜੇ ਤੋਂ 10:00 ਵਜੇ ਕੇ 40 ਮਿੰਟ ਅਤੇ 6ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਦਾ ਸਮਾਂ 10:40 ਮਿੰਟ ਤੋਂ ਬਾਅਦ ਦੁਪਹਿਰ 4 ਵਜੇ ਤੱਕ ਰਹੇਗਾ ਜਿਹੜੀ ਪੰਜਾਬੀ ਤੇ ਲਗਾਈਆਂ ਜਾਣ ਵਾਲੀਆਂ ਇਹਨਾਂ ਜਮਾਤਾਂ ਦਾ ਰੋਜ਼ਾਨਾ ਦਾ ਸ਼ਡਿਊਲ ਸਕੂਲ ਮੁਖੀਆ ਤੇ ਸੰਬੰਧਿਤ ਅਧਿਆਪਕਾਂ ਵੱਲੋਂ ਇੱਕ ਦਿਨ ਪਹਿਲਾਂ ਹੀ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇਗਾ ਰਾਜ ਸਿੱਖਿਆ ਕੋਚ ਦੇ ਸਿਕਲਾਈ ਪਰਿਸ਼ਦ ਦੇ ਡਾਇਰੈਕਟਰ ਚਕਤਾਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਪੰਜਾਬ ਐਜੂਕੇਸ਼ਨ ਕੈਂਪ ਵੀ ਤਿਆਰ ਕੀਤੀ ਹੈ ਜਿਸ ਵਿੱਚ ਅਧਿਆਪਕਾਂ ਨੇ ਆਪਣੇ ਤਿਆਰ ਕੀਤੇ ਲੈਕਚਰ ਵੀ ਅਪਲੋਡ ਕੀਤੇ ਹੋਏ ਨੇ ਅਤੇ ਵਿਦਿਆਰਥੀ ਇਸ ਦਾ ਪਰਪੂਰ ਫਾਇਦਾ ਉਠਾ ਰਿ ਨੇ ਉਹਨਾਂ ਦੱਸਿਆ ਕਿ ਡੀਡੀ ਪੰਜਾਬੀ ਤੋਂ ਕਲਾਸਾਂ ਦੇ ਪ੍ਰਸਾਰਣ ਦਾ ਲਾਭ ਸਰਕਾਰੀ ਸਕੂਲਾਂ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਅਤੇ ਐਸੋਸੀਏਟਿਡ ਸਕੂਲਾਂ ਦੇ ਵਿਦਿਆਰਥੀ ਵੀ ਲੈ ਸਕਣਗੇ ਇਹਨਾਂ ਕਲਾਸਾਂ ਨੂੰ ਲਗਾਉਣ ਦੇ ਲਈ ਵਿਦਿਆਰਥੀ ਡੀਡੀ ਪੰਜਾਬੀ ਦੀ ਫ੍ਰੀ ਡਿਸ਼ ਚੈਨਲ ਨੰਬਰ 22 ਨੂੰ ਦੇਖ ਸਕਦੇ ਨੇ ਪੰਜਾਬ ਸਰਕਾਰ ਸੂਬੇ ਦੇ ਵਿੱਚ 222 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਨਾਲ 692 ਹੈਕਟੇਅਰ ਤੋਂ ਵੱਧ ਰਕਬੇ ਦੇ ਵਿੱਚ 53 ਲੱਖ ਪੌਦੇ ਲਗਾਉਣ ਦੀ ਇੱਕ ਵੱਡੀ ਮੁਹਿੰਮ ਸ਼ੁਰੂ ਕਰੇਗੀ ਇਹ ਫੈਸਲਾ ਸੂਬੇ ਦੀ ਮੁਖ ਸਕੱਤਰ ਵਿਨੀ ਮਹਾਜਨ ਦੀ ਪ੍ਰਦਾਨਗੀ ਹੇਠ ਕੱਲ ਚੰਡੀਗੜ੍ਹ ਦੇ ਵਿੱਚ ਹੋਏ ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਯੋਜਨਾ ਵਿਭਾਗ ਦੀ ਪੰਜਾਬ ਸਟੇਟ ਕੰਪਨਸਟਰੀ ਆਫ ਫੋਰੈਸਟੇਸ਼ਨ ਨਿਗਰਾਨੀ ਅਤੇ ਯੋਜਨਾਬੰਦੀ ਠਾਰਤੀ ਦੇ ਸਾਲ 2021-22 ਦੇ ਲਈ ਸਾਲਾਨਾ ਯੋਜਨਾ ਕਾਰਵਾਈ ਤਹਿਤ ਸ਼ੁਰੂ ਕੀਤੀ ਜਾਵੇਗੀ ਮੀਟਿੰਗ ਦੇ ਵਿੱਚ ਮਨਜ਼ੂਰ ਕੀਤੀ ਗਈ ਯੋਜਨਾ ਨੂੰ ਫੰਡ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਕੋਲ ਪੇ ਜਾਵੇਗਾ ਵਿਨੀ ਮਹਾਜਨ ਨੇ ਦੱਸਿਆ ਕਿ ਕਮੇਟੀ ਨੇ ਕੰਢੀ ਖੇਤਰ ਦੇ ਜੰਗਲਾਂ ਦੇ ਨਾਲ ਲੱਗਦੇ ਪਿੰਡਾਂ ਦੇ ਲਈ 408 ਲੱਖ ਰੁਪਏ ਦੀ ਲਾਗਤ ਦੇ ਨਾਲ ਲੱਕੜੀ ਬਚਾਉਣ ਵਾਲੀ ਯੰਤਰਾ ਦੀ ਖਰੀਦ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਇਲਾਵਾ 210 ਲੱਖ ਰੁਪਏ ਦੀ ਲਾਗਤ ਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਆਟੋਮੈਟਿਕ ਪਸ਼ੂ ਤਲਾਬ ਤੇ 392 ਲੱਖ ਰੁਪਏ ਤੋਂ ਵੱਧ ਦੀ ਰਕਮ ਦੇ ਨਾਲ ਕਿਸਾਨਾਂ ਦੇ ਲਈ ਬਾਸੂ ਉਤਪਾਦਨ ਦਾ ਪ੍ਰਦਰਸ਼ਨ ਪਲਾਂਟ ਲਗਾਇਆ ਜਾਵੇਗਾ ਇਸੇ ਤਰ੍ਹਾਂ ਨੇਰਾਬਾਬਾ ਨਾਨਕ ਮੰਡੀ ਗੋਬਿੰਦਗੜ ਅਤੇ ਲੁਧਿਆਣਾ ਵਰਗੇ 9 ਸ਼ਹਿਰਾਂ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘਟਕ ਕਰਨ ਲਈ 307 ਲੱਖ ਰੁਪਏ ਦੀ ਲਾਗਤ ਦੇ ਨਾਲ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸਪੂਰ ਕਸਬੇ ਦੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਦੇ ਵਿੱਚ ਇੱਕ ਵਿਦੇਸ਼ੀ ਸਮੇਤ ਲਸ਼ਕਰੇ ਤਾਇਬਾ ਦੇ ਦੋ ਅਤਵਾਦੀਆਂ ਨੂੰ ਟੀਰ ਕਰ ਦਿੱਤਾ ਹੈ ਪੁਲਿਸ ਦੇ ਇੱਕ ਬੁਲਾਰੇ ਨੇ ਸ਼੍ਰੀਨਗਰ ਦੇ ਵਿੱਚ ਦੱਸਿਆ ਹੈ ਕਿ ਪੁਖਤਾ ਸੂਚਨਾ ਮਿਲਣ ਤੇ ਕਿ ਕੁਝ ਅਤਵਾਦੀ ਸਪੂਰ ਦੇ ਨਾਥੀਪੋਰਾ ਦੇ ਵਿੱਚ ਲੁਕੇ ਹੋਏ ਨੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾ ਲਿਆ ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਜਦੋਂ ਸੁਰੱਖਿਆ ਬਲਾਂ ਨੇ ਅਤਵਾਦੀਆਂ ਦੇ ਲੁਕਣ ਟਿਕਾਣੇ ਵੱਲ ਵੱਦਨਾ ਸ਼ੁਰੂ ਕੀਤਾ ਤਾਂ ਉਹਨਾਂ ਉੱਪਰ ਅਤਵਾਦੀਆ ਵੱਲੋਂ ਆਟੋਮੈਟਿਕ ਹਥਿਆਰਾਂ ਦੇ ਨਾਲ ਫਾਇਰਿੰਗ ਕੀਤੀ ਗਈ ਸੁਰੱਖਿਆ ਬਲਾਂ ਵੱਲੋਂ ਦੀਤੀ ਜਵਾਬੀ ਫਾਇਰਿੰਗ ਦੇ ਵਿੱਚ ਦੋ ਅਤਵਾਦੀ ਮਾਰੇ ਗਏ ਬੁਲਾਰੇ ਨੇ ਦੱਸਿਆ ਕਿ ਮਾਰੇ ਗਏ ਅਤਵਾਦੀਆਂ ਦੀ ਪਛਾਣ ਸਪੋਰ ਦੇ ਹਾਠ ਲਾਂਗੂ ਦੇ ਇੱਕ ਵਸਨੀਕ वसीम احمد ਲੂਨ ਅਤੇ ਵਿਦੇਸ਼ੀ ਅਤਵਾਦੀ ਹਮਾ ਸੁਰਫ ਅਸਰਾ ਰੂਫਤ ਸਰੀਆ ਵਜੂ ਹੋਈ ਹੈ ਜੋ ਮਾਰਚ 2018 ਤੋਂ ਉਤਰੀ ਕਸ਼ਮੀਰ ਦੇ ਵਿੱਚ ਅਤਵਾਦੀ ਕਾਰਵਾਈਆਂ ਦੇ ਵਿੱਚ ਸ਼ਾਮਲ ਸੀ ਬੁਲਾਰੇ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਰਾਈਫਲਾਂ ਅਤੇ ਹੋਰ ਇਤਰਾਜ ਯੋਗ ਸਮਗਰੀ ਵੀ ਬਰਾਮਦ ਹੋਈ ਹੈ ਡੀਡੀ ਪੰਜਾਬੀ ਦੀ ਖਬਰਾਂ ਦੇ ਬੁਲਟਿਨ ਸਾਡੇ ਦਰਸ਼ਕ YouTube ਚੈਨਲ RNU ਦੀਡੀ ਕੇ ਜਲੰਧਰ ਤੇ ਵੀ ਵੇਖ ਸਕਦੇ ਨੇ ਇਹ ਬੁਲਟਿਨ RNU ਜਲੰਧਰ ਦੇ ਟਵਿੱਟਰ ਹੈਂਡਲ ਅਤੇ Facebook ਪੇਜ ਤੇ ਉਪਲਬਧ ਨੇ ਇਸ ਦੇ ਨਾਲ ਹੀ ਖਬਰ ਦਾ ਇਹ ਬੁਲਟਿਨ ਖਤਮ ਹੁੰਦਾ ਹੈ ਨਮਸਕਾਰ